भाई ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਗੁਰਵਿੰਦਰ ਪਾਣਾ ਤੇ ਅੱਜ ਆਏ ਆਪਾਂ ਮੁਕਤਸਰ ਮੇਲੇ ਦੇ ਵਿੱਚ ਤੇ ਬਾਈ ਆਏ ਆ ਐਸ਼ਰ ਵਾਲੇ ਇੱਥੇ ਆਪਣਾ ਸਟਾਲ ਲਾਈਏ ਤੇ ਟਰਕ ਬੈਠ ਤਾਂ ਆਪਣੀਆਂ ਸਾਰੀਆਂ ਹੀ ਇੱਥੇ ਜਾਸੀਆਂ ਤਾਂ ਹੈਗੀਆਂ ਮਲੋਟ ਮੁਕਤਸਰ ਵਗੈਰਾ ਤੇ ਬਾਈਆਂ ਨੇ ਇੱਕ ਨਵਾਂ ਟਰੈਕਟਰ ਲਾਂਚ ਹੋਇਆ ਇਹਨਾਂ ਦਾ ਹੀ CRD, ਉਸ ਬਾਰੇ ਬਾਈ ਤੋਂ ਜਾਣਕਾਰੀ ਲੈਂਦੇ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਸਾਨੂੰ ਪਹਿਲਾਂ ਦੱਸੋ ਵੀ ਟਰੈਕਟਰ ਦਾ ਕਿਹੜਾ ਮਾਡਲ ਲਾਂਚ ਹੋਇਆ ਤੁਹਾਡਾ ਇਹ? ਸਰ ਆਪਣਾ ਪ੍ਰਾਈਮਾ 3G ਲਾਂਚ ਹੋਇਆ ਜੀ। ਠੀਕ ਆ ਬਾਈ ਜੀ, ਆਈਸ਼ਰ ਦਾ ਜੀ ਸਰ। ਤੇ ਜਿਵੇਂ CRD ਮਾਡਲ ਕਹਿੰਦੇ ਆ ਜੀ ਸਰ, ਇਹ CRD ਮਾਡਲ ਚ ਆਪਾਂ ਲਾਂਚ ਕੀਤਾ, ਇਹ 60 HP ਟਰੈਕਟਰ ਹੈ ਜੀ ਆਪਣਾ। ਠੀਕ ਆ ਜੀ ਜੀ ਸਰ, 60 ਹਾਰਸ ਪਾਵਰ ਦੇ ਵਿੱਚ ਬਾਈ ਆਪਣਾ ਇਹ CRD ਮਾਡਲ ਲਾਂਚ ਹੋਇਆ। ਲੋਗੋ ਵਗੈਰਾ ਵੇਖੋ, ਸਿੰਪਲ ਲਿਖਿਆ ਐਸ਼ਰ, ਬਹੁਤ ਸੋਹਣੀ ਸ਼ੋਅ ਦੇ ਵਿੱਚ। ਬਾਕੀ 650 ਜੀ ਆਪਣਾ, 5 ਸਟਾਰ ਦੇ ਵਿੱਚ ਡੂਲ ਗਚ ਵਗੈਰਾ, ਬਾਕੀ ਸਾਰੇ ਜਾਣਕੋ ਮੈਂਸ਼ਨ ਵੇਖੋ, ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ। ਪਲੇਟਫਾਰਮ ਵਗੈਰਾ ਹਰ ਇੱਕ ਚੀਜ਼ ਇਸ ਦੇ ਵਿੱਚ ਆ ਬਾਈ। ਬਾਕੀ ਵੀ ਸਾਰ ਨੂੰ ਪਹਿਲਾਂ ਦੱਸੋ, ਚੇਂਜਸ ਕੀ ਆ ਰਹੇ ਇਸ ਦੇ ਵਿੱਚ ਹੁਣ CRD ਦੇ? ਜਿਵੇਂ ਆਪਾਂ ਕੀਤਾ ਕੋਈ ਮਲੇ ਵਗੈਰਾ ਦਾ ਵੀ ਫਰਕ ਪਊਗਾ ਇਸ ਨਾਲ, ਜਿਵੇਂ ਕੋਈ ਹਾਈਲ ਟਰੁਕ ਜ਼ਿਆਦਾ ਹੋ ਗਿਆ ਉਹਦੇ ਨਾਲ, ਕੋਈ ਲੈਫਟ ਦੀ ਕਪੈਸਿਟੀ ਵਗੈਰਾ ਸਾਰੇ ਸਰ? ਆਪਣੀ ਜਿਵੇਂ ਇਹਦੇ ਚ ਕਪੈਸਿਟੀ 2100 KG ਦੀ ਆ ਰਹੀ ਆ, ਔਰ ਆਪਣਾ ਜਿਵੇਂ ਆ ਫਿਊਲ ਦੀ ਗੱਲ ਕਰੀਏ, ਜਿਵੇਂ ਕੋਈ ਕਸਟਮਰ ਕਹਿੰਦਾ ਕਿ ਵੱਡਾ ਟਰੈਕਟਰ ਆਪਾਂ ਰੋਡ ਤੇ ਲੈ ਕੇ ਜਾਂਦੇ ਆ, ਸਾਨੂੰ ਘੱਟ ਮੱਚਣਾ ਚਾਹੀਦਾ ਜਿੱਦਾਂ ਵੀ ਆਪਾਂ ਜ਼ੋਰ ਤੇ ਜਾਂ ਘੱਟ ਮੱਚੇ ਉਸ ਹਿਸਾਬ ਨਾਲ ਆਪਾਂ ਨੂੰ ਜਿਵੇਂ ਆਪਾਂ ਇਹਦੇ ਵਿੱਚ ਜਿਵੇਂ ਉਸ ਮੁਤਾਬਿਕ ਆਪਾਂ ਕਸਟਮਰ ਦੇ ਮੁਤਾਬਿਕ ਇਹਦੇ ਵਿੱਚ ਆਪਾਂ 3 ਮੋਡ ਲਾ ਦਿੱਤੇ ਜੀ, ਆਪਾਂ ਇੱਕੋ ਮੋਡ ਬੋਲਦੇ ਆ ਜੀ। ਠੀਕ ਹੈ ਜੀ, ਠੀਕ ਹੈ। ਜਿਵੇਂ ਆਪਣਾ 60 HP ਦਾ ਟਰੈਕਟਰ ਹੈ ਜੀ। ਠੀਕ ਹੈ ਜੀ। ਜਿਵੇਂ ਆਪਣਾ 3 ਮੋਡ ਨੇ, ਇੱਕ ਜਿਹੜਾ ਸਭ ਤੋਂ ਲੋ ਆ ਜੀ ਉਹ 52 HP ਦਾ ਜੀ, ਉਸ ਤੋਂ ਇੱਕ ਮੀਡੀਅਮ ਹੈਗਾ ਜੀ 54 ਤੋਂ 55 ਦੇ ਵਿੱਚ ਹੀ ਲੱਗੇ ਜੀ ਸਰ। ਇਹਦੇ ਬਟਨ ਲੱਗਾ ਹੈ ਜੀ ਇੱਕ ਆਪਣੇ, ਦਿਖਾ ਦਿਓ। ਹਾਂਜੀ ਸਰ, ਤੁਸੀਂ ਇਧਰਲੀ ਸਾਈਡ ਆ ਜਾਓ। ਦੇਖੋ ਬਈ ਭਾਈਆਂ ਦਾ ਇੱਥੇ ਸਰ ਆਪਣੇ ਆ ਲੱਗਾ ਹੋਇਆ ਜੀ ਮੋਡ। ਠੀਕ ਹੈ ਜੀ, ਆ ਦੇਖੋ ਆਪਾਂ ਇੱਕੋ ਮੋਡ ਬੋਲਦੇ ਆ ਜੀ, ਇੱਕੋ ਮੋਡ ਬਾਈ। ਇੱਕ ਹਿਸਾਬ ਦਾ ਬਟਨ ਹੀ ਲਾਇਆ ਭਾਈਆਂ ਨੇ, ਜਿਵੇਂ ਆਪਾਂ ਜਿੰਨੀ ਕੁ ਆਪਾਂ ਨੂੰ ਪਾ HP ਦੀ ਲੋੜ ਆਪਾਂ ਉਸ ਮੁਤਾਬਿਕ ਇਹਨੂੰ ਕਰ ਸਕਦੇ ਆ ਜੀ। ਠੀਕ ਹੈ ਜੀ। ਇੱਕ ਜਿਵੇਂ ਆਪਣਾ ਜਿਵੇਂ ਦੂਸਰੇ ਜਿਵੇਂ ਟਰੈਕਟਰਾਂ ਨਾਲੋਂ ਕਾਫੀ ਚੇਂਜਸ ਹੋ ਗਏ, ਜਿਵੇਂ ਆਪਣਾ CRD ਆ ਗਿਆ ਵਾ। ਠੀਕ ਹੈ ਜੀ, CRD ਦੇ ਵਿੱਚ ਬਾਕੀ ਵੇਖੋ ਸ਼ੋਅ ਵਗੈਰਾ ਆਪਣਾ, ਜਿਵੇਂ ਦੇ ਪੰਪ ਦੇ ਵਿੱਚ ਚੇਂਜਸ ਹੋ ਗਏ, ਜਿਵੇਂ ਆਪਣਾ ਦੂਸਰੇ ਟਰੈਕਟਰ ਜਿਵੇਂ ਪੰਪ ਦੀਆਂ ਜਿਵੇਂ 3-4 ਪਾਈਪਾਂ ਜਿੰਨੇ ਆਪਣਾ ਸਿਲੰਡਰ ਦਾ ਉਨੀਆਂ ਪਾਈਪਾਂ ਜਾਂਦੀਆਂ ਨੇ। ਠੀਕ ਹੈ ਜੀ। ਜਿਵੇਂ ਦਾ ਹਾਈ ਪ੍ਰੈਸ਼ਰ ਪੰਪ ਲਾਤਾ ਜੀ। ਠੀਕ ਹੈ ਜੀ, ਠੀਕ ਹੈ ਜੀ। ਉੱਪਰ ਇਹਦੇ ਰੇਲ ਲਾ ਦਿੱਤੀ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ। ਜਿਵੇਂ 3 ਇੰਜੈਕਟਰ ਇਹਨਾਂ ਨੂੰ ਜਿਵੇਂ 1600 bar ਦਾ ਇਹ ਪ੍ਰੈਸ਼ਰ ਦੇ ਰਿਹਾ, ਜਿਵੇਂ ਆਪਣਾ ਪਿਸਟਨ ਦੇ ਪ੍ਰੈਸ਼ਰ ਜੋ ਕਰ ਰਿਹਾ ਜੀ 1600 bar ਦਾ ਕਰ ਰਿਹਾ ਜੀ। ਠੀਕ ਹੈ, ਠੀਕ ਹੈ। ਜਿਵੇਂ ਨਾਰਮਲ ਟਰੈਕਟਰ ਦੇ ਵਿੱਚ 265-75 ਦਾ ਆਉਂਦਾ ਜੀ ਪ੍ਰੈਸ਼ਰ ਜੋ ਆਪਣਾ ਕਰਦਾ ਜੀ। ਠੀਕ ਹੈ ਜੀ। ਇਹਦੇ ਨਾਲ ਜਿਹੜਾ ਆਪਣਾ ਡੀਜ਼ਲ ਹੈ ਜਿਹੜਾ ਸਾਰਾ ਹੀ ਇਹਦੇ ਨਾਲ ਮੱਚਦਾ ਔਰ ਫੁੱਲ ਪਾਵਰ ਲਾ ਰਿਹਾ ਜੀ। ਠੀਕ ਹੈ, ਮਤਲਬ ਸਿੰਚਾਈ ਚ ਵਧੀਆ ਪ੍ਰੈਸ਼ਰ ਵਧੀਆ ਹੋ ਗਿਆ ਤਾਂ ਉਹਨਾਂ ਫਿਰ ਜ਼ੋਰ ਤਾਂ ਮਾਰੂਗੇ ਮਾਰੂ ਜੀ ਜੀ। ਤੇ ਬਾਕੀ ਵੀਰੇ ਸ਼ੋ ਵਗੈਰਾ ਵੀ ਉੱਪਰ ਨੂੰ ਖੁੱਲੇ, ਬਾਕੀ ਬਈ ਸਾਰਾ ਲਿਫਟ ਵਗੈਰਾ ਮਗਰੋਂ ਦਿਖਾਉਣੇ ਆ ਬਾਈ, ਦੱਸੂਗਾ ਇਹਦੇ ਬਾਰੇ ਇੱਧਰ ਦੀ ਆ ਜੀ। ਬਾਕੀ ਜਿਵੇਂ ਆਪਣੇ ਇੱਕ ਜਿਵੇਂ ਕਸਟਮਰਾਂ ਦੀ ਜ਼ਿਆਦਾ ਡਿਮਾਂਡ ਚੱਲ ਰਹੀ ਹੁੰਦੀ ਹੈ ਜੀ PTO HP ਦੀ ਜੀ। ਠੀਕ ਹੈ ਜੀ। ਜਿਵੇਂ ਆਪਣੇ 3 ਮੋਡ ਲੱਗੇ ਨੇ, ਠੀਕ ਹੈ, ਇਸ ਮੁਤਾਬਕ ਆਪਣਾ PTO HP ਦੀ ਵੀ ਇਦਾਂ ਹੀ ਸੇਮ ਕੀਤਾ ਹੈ ਜੀ। ਜਿਵੇਂ ਆਪਾਂ ਵੀ ਮਤਲਬ ਘੱਟ ਵੱਧ ਕਰ ਸਕਦੇ ਹਾਂ ਜੀ ਸਰ, ਜਿਵੇਂ ਆਪਾਂ ਸਭ ਤੋਂ ਲੋ ਮੋਡ ਦੇ ਵਿੱਚ ਆਪਾਂ ਕੰਮ ਲੈ ਰਹੇ ਹਾਂ ਉਸ ਟਾਈਮ ਆਪਣੀ PTO ਦੀ ਪਾਵਰ ਹੋਊਗੀ 32 HP ਦੀ। ਠੀਕ ਹੈ ਜੀ। ਜੇ ਆਪਾਂ ਮੀਡੀਅਮ ਦੇ ਵਿੱਚ ਲੈ ਰਹੇ ਹਾਂ ਉਹ ਹੋ ਜਾਊਗੀ ਕੋਈ ਆਪਣਾ 54-55 ਦੀ ਜੀ। ਠੀਕ ਹੈ ਜੀ। ਔਰ ਸੌਰੀ 45 ਦੀ ਜੀ, 45 ਦੀ ਜੀ। ਜੇ ਆਪਾਂ 60 HP ਦਾ ਕੰਮ ਲੈ ਰਹੇ ਹਾਂ ਤਾਂ ਇਹ 54 HP ਦੇ ਵਿੱਚ ਪਾਵਰ PTO ਪਾਵਰ ਕਰੇਗੀ। ਠੀਕ ਹੈ, ਮਤਲਬ ਆਟੋਮੈਟਿਕ ਹੀ ਚੇਂਜ ਕਰੂਗੀ ਜੀ ਸਰ। ਜਿਹੜੇ ਆਪਾਂ ਜਿਸ ਮੋਡ ਤੇ ਕਰ ਰਹੇ ਹਾਂ ਉਸ ਮੁਤਾਬਕ ਆਪਣੇ ਉਸੇ ਮੋਡ ਤੇ ਜਿਹੜਾ ਆਪਾਂ ਬਟਨ ਦਿਖਾਇਆ ਉਸੇ ਮੋਡ ਤੇ ਸਾਰਾ ਇਹਨੇ ਸਿਸਟਮ ਕਰ ਜੀ ਸਰ, ਉਸ ਮੁਤਾਬਕ ਇਹ PTO ਦੀ HP ਹੋ ਜਾਣੀ ਹੈ। ਜਿਵੇਂ ਕਹਿ ਦਈਏ ਆਪਾਂ ਕਈ ਥੋੜੇ ਕੋਈ ਪੱਖੇ ਵਗੈਰਾ ਤੇ ਲਾ ਲਈਏ, ਆਪਾਂ ਨੂੰ ਥੋੜੇ ਚੱਕਰਾਂ ਦੇ ਚਾਹੀਦਾ ਜੀ ਸਰ, ਨਹੀਂ ਅਗਲਾ ਟਰੈਕਟਰ ਇੱਕੋ ਜ਼ੋਰ ਲਾਈ ਜਾਵੇ ਤਾਂ ਤੇਲ ਜ਼ਿਆਦਾ ਖਾਈ ਜਾਓ, ਜੇ ਆਪਣਾ ਮੋਡ ਹਲਕੇ ਚ ਕਰਤਾ ਤਾਂ ਘੱਟ ਜ਼ੋਰ ਨਾਲ ਵੀ ਤੇਲ ਦਾ ਫਰਕ ਵੀ ਆਟੋਮੈਟਿਕ ਪੈ ਜਾਂਦਾ ਜੀ ਸਰ। ਦੇਖੋ ਵੀ ਬਹੁਤ ਸੋਹਣੀ ਐਡ ਦੀ ਤਕਨੀਕ ਆ, ਪਿਛਲੇ ਪਾਸੇ ਵੀ ਦਿਖਾ ਦਿੰਦੇ ਆ ਬਾਈ ਦੇ ਆਹ ਗਏ ਅੱਗੇ ਵੀਰੇ ਵੀਰੇ। ਇੱਕ ਜਿਵੇਂ ਆਪਣਾ ਸੁਪਰ ਸੀਡਰ ਵਗੈਰਾ ਤੇ ਵੀ ਚਲਾਇਆ ਵੀਰੇ ਸੱਚੀ ਜੀ ਸਰ? ਇਹਦਾ ਜਿਵੇਂ ਸੁਪਰ ਸੀਡਰ ਤੇ ਆਪਣਾ 6 ਲੀਟਰ ਦੀ ਹੈਗਾ ਜੀ। ਅੱਛਾ, 6 ਲੀਟਰ ਖਾ ਰਿਹਾ ਜੀ। ਠੀਕ ਆ, ਠੀਕ ਆ। ਸੁਪਰ ਸੀਡਰ ਵਗੈਰਾ ਤੇ ਜਿਵੇਂ ਅੱਜ ਕੱਲ ਡਿਮਾਂਡ ਹੀ ਜਿਵੇਂ ਹੁਣ ਚੱਲ ਰਹੀ ਹੈ ਬਹੁਤ ਵਧੀਆ, ਇਹਦੀ ਸਫਾਈ ਚੱਲ ਰਹੀ ਹੈ, ਜਿਵੇਂ ਆਮ ਟਰੈਕਟਰਾਂ ਨਾਲ ਜਿਵੇਂ ਸਫਾਈ ਬਹੁਤ ਵਧੀਆ ਕਰਦਾ ਹੀ ਹੈ। ਠੀਕ ਆ ਬਾਈ। ਇਹ ਗੇਅਰ ਵਗੈਰਾ ਵੀ ਕਿੰਨੀਆਂ ਸਪੀਡਾਂ ਚ ਇਹ? ਇਹ 3 ਸਪੀਡ ਹੈ ਜੀ ਆਪਣਾ, 3 ਸਪੀਡ ਹੀ ਆ ਗਿਆ ਬਾਈ। ਫਿਰ ਤਾਂ ਹੁਣ ਸਪੀਡ ਤਾਂ 3 ਚਾਹੀਦੀ ਜਿਵੇਂ ਆਪਣਾ ਆਉਣ ਵਾਲੀ ਟੈਕਨੋਲੋਜੀ ਤੇ 3 ਸਪੀਡ ਹੀ ਚੱਲ ਰਹੀ ਹੈ ਜੀ, ਆਪਾਂ 3 ਸਪੀਡ ਹੀ ਇਹਨੂੰ ਕੱਢਿਆ ਜੀ। ਠੀਕ ਆ ਜੀ, ਠੀਕ ਆ ਜੀ। ਆਪਣਾ